ਹਾਂਜੀ ਕਿਦਾਂ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਫਾਰਮਿੰਗ ਸਿਮੂਲੇਟਰ ਐਦਵਾਰ ਨੂੰ ਤਾਂ ਵੀਡੀਓ ਪੱਕਾ ਆਉਣੀ ਆਉਣੀ ਹੁੰਦੀ ਐ ਸੋ ਮਿੱਤਰੋ ਵੈਲਕਮ ਟੂ ਦਾ ਨਿਊ ਵੀਡੀਓ ਤੇ ਅੱਜ ਮਿੱਤਰੋ ਵੱਢਣੀ ਆਪਾਂ ਕਣਕ ਤੁਹਾਨੂੰ ਪਤਾ ਐ ਮੌਸਮ ਇਹਦੇ ਚ ਹੋਰੀ ਸਾਬ ਬਾਇਆ ਚੱਲਦਾ ਠੀਕ ਹੈ ਜੀ ਬਾਹਰਲਾ ਦੇਸ਼ ਫਿਰ ਇਟਾਲੀਆ ਨਾ ਅੱਜ ਕਹਿੰਦੇ ਇੱਕ ਨਵਾਂ ਡਰਾਈਵਰ ਵੀ ਲਿਆ ਰਹੇ ਆ ਜਿਵੇਂ ਕਿ ਤੁਸੀਂ ਪਿਛਲੇ ਕਮੈਂਟਾਂ ਦੇ ਵਿੱਚ ਗਾਹ ਪਾਇਆ ਪਿਆ ਸੀ ਬਈ ਜੌਂਡੀਅਰ ਵੀ ਲੈ ਕੇ ਉਸ ਤੋਂ ਜੌਂਡੀਅਰ 50 50 ਲਿਆ ਰਹੇ ਆ ਤੇ ਜਿਹੜੇ ਹੋਰ ਫੋਰਡ ਵਾਲੇ ਵੀ ਬਾਈ ਕਹਿੰਦੇ ਪਏ ਸੀ ਸੋ ਆਹ ਵੀਡੀਓ ਦੇ ਵਿੱਚ ਮੜਾ ਜਾ ਹੋਰ ਜ਼ੋਰ ਲਾ ਲੋ ਜੇ ਫਿਰ ਇਸ ਵੀਡੀਓ 'ਚ ਫੋਰਡ ਫੋਰਡ ਹੋਊਗੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੋਰਡ 3600 ਦਿਖਾਵਾਂਗੇ ਵੱਖਰਾ ਦਿਖਾਵਾਂਗੇ ਜਿਹੜਾ ਆਪਾਂ ਪਹਿਲਾਂ ਕਦੇ ਵੀਡੀਓ 'ਚ ਹੋਰ ਚ ਨਹੀਂ ਯੂਜ਼ ਕੀਤਾ ਹੋਇਆ ਉਹ ਕਰਾਂਗੇ ਆਪਾਂ ਯੂਜ਼ ਕੋਈ ਨਾ ਕੋਈ ਨਵਾਂ ਜਾ ਪਾੜ ਫਿੰਗਰਾ ਫੁੰਗਰਾ ਕੱਟ ਰਹੇ ਗਾ ਵੀ ਚੇਂਜ ਕਰਦਿਆਂ ਮੜਿਆ ਚੈੱਕ ਕਰੋ ਯਾਰ ਆਏ ਹਾਏ ਕੀ ਬਾਤ ਆ ਜਮਾ ਬਲੇਡ ਬਲੂਟ ਨਵੇਂ ਆ ਮਿੱਤਰੋ ਦੇਖੋ ਕਿਉਂ ਬelta ਬੁਲਟਾ ਸਾਰੀਆਂ ਜੇੜੀਆਂ ਮਿੱਤਰੋ ਧਾਕੀਆਂ ਜੀਆਂ ਹੋ ਗਈਆਂ ਸੀ ਉਹ ਬਦਲ ਤਗਾ ਤੇ ਆਪਾਂ ਆਲੇ ਬਾਹਮ ਚੋ ਮੈਂ ਸੋਚ ਰਿਹਾ ਕਿ ਥੋੜੀ ਜੀ ਤੂੜੀ ਜੀ ਬਣਾਣਾ ਹੈ ਆਪਾਂ ਹੈਗੇ ਨਹੀਂ ਪਸ਼ੂਆਂ ਨੂੰ ਪਾਉਣ ਨੂੰ ਤੇ ਬਾਕੀਆਂ ਜੋ ਨਹੀਂ ਬਣਾਉਂਦੇ ਇੱਕ ਚੋ ਦਾ ਬਣਾਵਾਂਗੇ ਲਓ ਵੀ ਮਿੱਤਰੋ ਕਰ ਗਿਆ ਚਾਲੂ ਫਿਰ ਮਸ਼ੀਨ ਇਹ ਚੱਲ ਇਹਦੀ ਐਸਐਮਐਸ ਦੀ ਬੈਲਟ ਪਤਾ ਨਹੀਂ ਲਾਈ ਹੈ ਕਿ ਨਹੀਂ ਯਾਰ ਲਾਈਵ ਹੀ ਹੈ ਲਾਈਵ ਹੀ ਹੈ ਲਾਈਵ ਹੀ ਹੈ ਕੀ ਆ ਬਾਤ ਹੈ ਓਏ ਇਧਰੋਂ ਦਾਤੀ ਨਾਲ ਵੜਨਾ ਪੈਣਾ ਮਿੱਤਰੋ ਕੰਮ ਕਰਨਾ ਪੈਣਾ ਚਲੋ ਡਰਾਈਵਰ ਸਾਹਿਬ ਕਰੋ ਕੰਮ ਤੁਸੀਂ ਤੇ ਮਿੱਤਰੋ ਲਾਦਾ ਡਰਾਈਵਰ ਬਾਈ ਨੂੰ ਉਹ ਕੰਮ ਕਰੀ ਜਾਂਦਾ ਤੇ ਆਪਾਂ ਲੈ ਕੇ ਚੱਲਦੇ ਆਂ ਇੱਥੋਂ ਜੀਪ ਤੇ ਜੀਪ ਲੈ ਕੇ ਜਾਵਾਂਗੇ ਤੇ ਨਜ਼ਾਰਾ ਫੁੱਲ ਆਊਗਾ ਮਾਰਸੜਫੋ ਮਿੱਤਰੋ ਜਦੋਂ ਨਹੀਂ ਮਿੱਤਰੋ ਜੀਪ ਲਈਏ ਨਾ ਆਉਣਾ ਜਾਣਾ ਸੌਖਾ ਹੋ ਗਿਆ ਜਾਂਸੀ ਤੇ ਚੱਲੇ ਆ ਉੱਥੇ ਖੜਾ ਆਵਾਂਗੇ ਜੀਪ ਬਾਅਦ ਚੋ ਲੈ ਆਵਾਂਗੇ ਉਧਰੋਂ ਲੈ ਕੇ ਆਉਂਦੇ ਆ 50 50 ਤੇ ਜਿਹੜਾ ਆਪਣਾ ਵੱਡਾ 28 ਫੁੱਟਾ ਟਰਾਲਾ ਸੀ ਉਹ ਕੋਈ ਮੰਗਮਾ ਲੈ ਕੇ ਗਿਆ ਵਾ ਮਿੱਤਰੋ ਠੀਕ ਹੈ ਤੇ ਉਹਨੂੰ ਆਪਾਂ ਦੇ ਦਾਂ ਮੈਂ ਕਹਾ ਯਾਰ ਤੂੰ ਤੂੰ ਮੋਜਾ ਕਰ ਕਾਕਾ ਤੂੰ ਲੈ ਜਾ ਤੂੰ ਲੈ ਜਾ ਤੇ ਆਪਣੇ ਕੋਲੇ ਆ ਹੁਣ 22 ਫੁੱਟੀ ਟਰਾਲੀ ਠੀਕ ਹੈ ਟਰਾਲੀ ਗਾ ਲੋ ਟਰਾਲਾ ਕਹਿ ਲੋ ਵੱਖ-ਵੱਖਰੇ ਏਰੀਏ ਦੇ ਸਾਹ ਨਾਲ ਵੱਖ-ਵੱਖਰਾ ਕਹਿੰਦੇ ਆ ਠੀਕ ਹੈ ਜੀ ਤੇ ਇਹ ਆਪਾਂ ਇਹ ਅੱਜ ਪਾਵਾਂਗੇ ਜੌਂਡੀਅਰ ਮਗਰ ਦੇ ਜੌਂਡੀਅਰ ਦਾ ਵੇਖਾਂਗੇ ਜੋਰ ਪੱਠੀ ਕਰਦਾਂਗੇ ਲਾਲ ਦੇਖਦੇ ਆ ਜੋਰ ਮਾਰਦਾ ਕਹਿੰਦੇ ਟਾਇਰ ਆਪਾਂ ਨੂੰ ਨਾ ਓਏ ਆ ਕੀ ਹੋਇਆ ਆਪਾਂ ਨੂੰ ਜੌਂਡੀਅਰ ਮਿੱਤਰੋ ਸਟਾਕ ਦੇ ਵਿੱਚ ਮਿਲਿਆ 14 ਦੇ ਟਾਇਰਾਂ ਵਾਲੀ ਠੀਕ ਹੈ ਜੀ 50 50 ਆ 50 50 ਡੀ ਤੇ 14 ਦੇ ਟਾਇਰ ਆ ਮਿੱਤਰੋ 16 ਦੇ ਉਹਦੇ ਬਾਅਦ ਚ ਪਵਾ ਦਾਂਗੇ ਜਾਂ ਫਿਰ ਵੱਡੇ ਹੀ ਪਵਾ ਦਾਂਗੇ ਆਪਾਂ ਰੇਡੀਅਲ ਹੀ 16 ਦੇ ਰੇਡੀਅਲ ਹੀ ਠੀਕ ਹੈ ਜੀ ਕਿਹੜਾ ਉਹਦੇ 14 ਦੇ ਟਾਇਰ ਹੀ ਆ ਤੇ ਅਜੇ ਜ਼ੋਰ ਪਾ ਲੱਗ ਜੂ ਪਰ ਉਹਦਾ ਕਿੰਨਾ ਕੇ ਮਾਰਦਾ ਜ਼ੋਰ ਡਿਮਾਂਡ ਵਾਵਾ ਆਈ ਸੀ ਕਿ ਮਾ ਖਿੱਚੇ ਟਰਾਲੀ ਨੂੰ ਜੇ ਟਰਾਲੀ ਨਾ ਖਿੱਚੀ ਕੋਈ ਫੇਰ ਤੁੂ ਤੁੂ ਜੀ ਹੋਜੂਗੀ ਫੇਰ ਐਵੇਂ ਆਪਾਂ ਨੂੰ ਕੱਢਣਾ ਹੀ ਪੈਣਾ ਆਪਣੇ ਦੂਜੇ ਝੋਟੇ 56 30 ਜਾਂ 52 ਸੋਰੀ ਜਾਂ ਫਿਰ ਆਪਣਾ 855 911 ਤਾਂ ਫਿਰ ਤੁਹਾਨੂੰ ਪਤਾ ਹੀ ਉਹਦਾ ਖੰਗਣ ਹੀ ਨਹੀਂ ਨਾ ਦਿੰਦਾ ਕਿਸੇ ਨੂੰ ਲਓ ਵੀ ਮੈਟਰ ਪਹੁੰਚ ਗਏ ਜਾਂਸੀ ਦੇ ਦੇਖੀਏ ਕਿੱਥੇ ਖੜਾ ਜੌਂਡੀ ਆ ਰਾਧਾ ਬਡੇ ਡ੍ਰੈਕਟਰ ਖੜਿਆ ਮਿੱਤਰੋ ਇਹਨਾਂ ਦੇ ਸ਼ੋਪੀਸ ਖੜੇ ਆ ਤੇ ਆਉ ਖੜਾ ਕਹਿੰਦੇ ਮੇਰੇ ਵੀਰੋ ਦੀਦਾ ਆਊਗਾ ਤੁਹਾਨੂੰ ਹਰੀ ਜੀ ਛਤਰੀ ਦੂਰੋਂ ਹੀ ਖੱਟੇ-ਖੱਟੇ ਰਿਮਾਂ ਵਾਲਾ ਆਏ ਹਾਏ 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 ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਮਿੱਤਰੋ ਚੈੱਕ ਕਰੋ ਕਹਿੰਦੇ ਇਹਨੂੰ ਕਹਿੰਦੇ ਨੇ ਜੌਂਡੀਅਰ 50 50 ਡੀ ਆਏ ਹਾਏ ਸੇਰਾ ਹੀ ਸੇਰਾ ਹੀ ਸੇਰਾ ਹੀ ਲੱਗਦਾ ਪਿਆ ਮਿੱਤਰੋ ਕੀ ਬਾਤ ਹੈ ਮੂਰੇ ਆਪਾਂ ਬੰਪਰ ਨਹੀਂ ਲਵਾਇਆ ਮਿੱਤਰੋ ਕੇਰਾ ਆਪਾਂ ਨੂੰ ਚੁੱਲਾプラス ਵੇਟ ਮਿਲ ਗਿਆ ਜਿਵੇਂ ਬੁੰਜਾ ਦੱਸਦੇ ਹੁੰਦਾ ਵਾ ਤੇ ਮਗਰਲੇ ਟਾਇਰ ਸੋਨ ਮੈਂ ਕਹਿ ਸੀ ਕਿ ਇਹ ਤੇ 14 ਦੇ ਆ ਤੇ ਉਹੀ ਆ ਮਿੱਤਰੋ ਪਰ ਸੋਹਣੇ ਲੱਗਦੇ ਯਾਰ ਸੋਹਣੇ ਲੱਗਦੇ ਛਤਰੀ-ਛੁਤਰੀ ਲਾ ਕੇ ਦਿੱਤੀ ਐਨਾ ਕੀ ਆ ਮੋੜੀ-ਮੂੜੀ ਫਾਈ ਉਹ ਜੀਪ ਤਾਂ ਬੰਦ ਕਰਦਗੇ ਭਰਾਵਾ ਟਰੈਕਟਰ ਦੇ ਚਾਰੇ ਵਿੱਚ ਹੋਰ ਹੀ ਕੰਮ ਕਰਤਾ ਸੀ ਮਾਰ ਗਿਆ ਟਰੈਕਟਰ ਦੀ ਸਾਲਫ ਦੇਖ ਕੇ ਕੀ ਕਹਿੰਦਾ ਐ ਆਏ ਹਾਈ ਕੀ ਬਾਤ ਹੈ ਕੀ ਬਾਤ ਹੈ ਵਾਹਿਗੁਰੂ ਬਾਬਾ ਜੀ ਪੁੱਲ ਚੌਕ ਮਾਫ ਕਰਨੀ ਬਾਈ ਇਹ ਦੁੱਗਣੇ ਕਰਨੇ ਜਿਹੜੇ ਲੱਗੇ ਆ ਹੈਗੇ ਨਹੀਂ ਮਿੱਤਰੋ ਬਾਈ ਕੀ ਬਾਤ ਹੈ ਉਹ টারਬੋ টারਬੋ ਹਾਂ ਬੰਦਰੋ 50 50 ਡੀ ਜਿਹਨਾਂ ਨੂੰ ਨਹੀਂ ਪਤਾ ਕਿ ਵਿੱਚ ਦੀ ਕੁਝ ਇੱਕ ਐਡੀਸ਼ਨ ਆਈ ਸੀ টারਬੋ ਵਾਲੇ ਇਹ ਉਹ ਵਾਲਾ ਹੈ ਉਹ ਵਾਲਾ ਠੀਕ ਹੈ ਜੀ ਆਵਾਜ਼ ਸੁਣੋ ਯਾਰ ਆਵਾਜ਼ ਘੈਂਟ ਆ ਬਾਈ ਵਿੱਚ ਦਾ ਆਉਂਦੀ ਨਿਗੀ ਵਿੱਚ ਦੀ 2013 ਮਾਡਲ ਆਇਆ ਸੀਗਾ ਥੋੜੀ ਪੀਸ ਆਏ ਸੀਗੇ টারਬੋ ਵਾਲੇ ਠੀਕ ਹੈ ਜੀ ਉਹ ਵਾਲਾ 50 50 ਹੈ ਤੇ ਕਹਿੰਦੇ ਕਿਆ ਹੀ ਬਾਤ ਹੈ ਜੀ ਮੈਂ ਸੁਣਿਆ ਵਾਂ ਤੇ ਬਾਕੀ ਪਾਣੀ ਬਾਈ ਗੇਮ ਦੇ ਵਿੱਚ ਤਾਂ ਸਪੈਸ਼ਲੀ ਆ ਹੀ ਸਕਦਾ ਹੈਗੇ ਨਹੀਂ ਮਤਰੋ ਕਹਿੰਦੇ ਭਜਦਾ ਹੀ ਬਹੁਤ ਹੈ 60 ਤੇ ਜਾਂਦਾ 60 ਤੇ ਕੀ ਬਾਤ ਹੈ ਕੀ ਬਾਤ ਹੈ ਬਾਈ ਕੀ ਬਾਤ ਹੈ ਔਰਦਾ ਮਤਰੋ ਔਰਦਾ ਹਵਾ ਨਾਲ ਗੱਲਾਂ ਕਰਦਾ ਹੈ ਦੇਖੋ ਬਾਈ ਕਿੰਨੀ ਛੇਤੀ ਰੇਸ ਪੜਦਾ ਬਾਈ ਮੈਨੂੰ ਲੱਗਦਾ ਟਰਾਲੀ ਨੂੰ ਖੰਗਣ ਨਹੀਂ ਦਿੰਦਾ ਇਹ ਬ੍ਰੇਕ ਵੀ ਸਰਾ ਬਾਈ ਬ੍ਰੇਕ ਵੀ ਸਰਾ ਟਰੱਕਾਂ ਨੂੰ ਹੀ ਹਟਾ ਸਕਦਾ ਰੇਸ ਵੇਖੋ ਤੁਸੀਂ ਰੇਸ ਵਾਦੀ ਇਹ ਔ ਲਾਦੀ ਕਹਿੰਦੇ ਮਰੇ ਮੇਰੇ ਸਰਾ ਏ ਤੇ ਮਤਰੋ ਇਹ ਟਰੈਕਟਰ ਨਾ ਸਹੀ ਮੈਨੇ ਵੈਸੇ ਤਾਂ ਜਿੰਨਾ ਅੱਗੇ ਨੂੰ ਭਾਜਦਾ ਹੁੰਦਾ 60 ਤੇ ਮਨ 60 ਤੇ ਅੱਗੇ ਨੂੰ ਜਾਂਦਾ ਨਾ ਪਿੱਛੇ ਨੂੰ ਵੀ ਉਨਾ ਹੀ ਜਾਣਾ ਚਾਹੀਦਾ ਵਾ ਪਿੱਛੇ ਨੂੰ ਵੀ ਉਨਾ ਹੀ ਜਾਂਦਾ ਬਾਈ ਹਾਈ ਲੋ ਵੱਖਰੇ ਬੈਕ ਗੇਅਰ ਇਹਦੇ ਵੱਖਰੇ ਆ ਹੁਣ ਇਹਦਾ ਇਹ ਤੀਜਾ ਵਾ ਨਹੀਂ ਪਿੱਛੇ ਨੂੰ ਥੋੜਾ ਜਿਹਾ ਹੈ ਚੱਕਰ ਮੇਟਰ ਉਹ ਥੋੜਾ ਜਿਹਾ ਇਹਨੂੰ ਦੇਖਣਾ ਪਊਗਾ ਕਿਉਂਕਿ 50 50 ਦੇ ਕੁਝ ਹੋਰ ਵੀ ਟਰੈਕਟਰ ਆਏ ਸੀਗੇ ਜਿਨ੍ਹਾਂ ਦੇ ਲਾਈਕ ਹਾਈ ਲੋ ਤਾਂ ਆਰਡ ਸੀਗਾ ਤੇ ਬੈਕ ਗੇਅਰ ਵੀ ਉਸੇ ਗੇਅਰ ਦੇ ਵਿੱਚ ਸੀ ਇਧਰੋਂ ਆਪਾਂ ਪਹਿਲਾ ਦੂਜਾ ਚੌਥਾ ਪਾ ਸਕਦੇ ਸੀ ਤੋ ਪਿੱਛੇ ਨੂੰ ਵੀ ਬਹੁਤ ਭਜਦੇ ਸੀਗਾ ਮਤਲਬ ਜੇ ਬੈਕ ਵੀ ਭਜਾਉਣਾ ਨਾ ਤਾਂ ਪਿੱਛੇ ਨੂੰ ਵੀ ਵਾਵਾ ਭਜਦਾ ਸੀ ਮਤਲਬ ਉਹ ਜੌਂਡੀਅਰ ਦਾ ਭਾਵੇਂ ਮੈਨੂੰ ਕੱਖਣਾ ਪਸੰਦ ਆਵੇ ਪਰ ਜਿਹੜੀ ਚੀਜ਼ ਮੈਨੂੰ ਘੈੜ ਲੱਗਦੀ ਇਹਨਾਂ ਦੀ ਹੱਥ ਵਾਲੀ ਦੇਸ ਆਏ ਤੇਰੀ ਆਏ ਜਦੋਂ ਕਰਦਾ ਨਾ ਬੰਦਾ ਫੀਲਿੰਗ ਨਾਲ ਉਹਦਾ ਸਵਾਦ ਹੀ ਵੱਖਰਾ ਆ ਜਾਂਦਾ ਆਏ ਹਾਏ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਵੇਖੋ ਭਜਦਾ ਵੇਖੋ ਭਜਦਾ ਇਹ ਵਾਣਾ ਮਾਣਾ ਵੇਹਦੀ ਟਪਾਦਗੇ ਟਪਾਦਗੇ ਫਿਰ ਇੱਥੋਂ ਹੀ ਚੱਲ ਬਾਈ ਚੱਲ ਕਹਿੰਦੇ ਮੇਰੇ ਵੀਰੋ ਲਓ ਵੀ ਮੈਨੂੰ ਪਹੁੰਚਣ ਆ ਲਈਆਂ ਆਪਣੇ ਖੇਤ ਤੇ ਆਪਣਾ ਖੇਤ ਉਹ ਚੱਲੀ ਜਾਂਦੀ ਮਸ਼ੀਨ ਇਹ ਉੱਥੋਂ ਪਾਉਣੀ ਆਪਾਂ ਟਰਾਲੀ ਕਿਆ ਬਾਤ ਓਏ ਅੱਗਾ ਚੱਕਾ ਕੇ ਵੇਖੀ ਮਿੱਤਰੋ ਚਾਹੁੰਦੀ ਯਾਰ ਚਾਹਦਾ ਕਿ ਨਹੀਂ ਨਹੀਂ ਮਿੱਤਰੋ ਅੱਗਾ ਉੱਗਾ ਨਹੀਂ ਚਾਹਦਾ ਯਾਰ ਲੈ ਦੁਬਾਰਾ ਵੇਖ ਲੈਂਦੇ ਆ ਦੂਜਾ ਦੂਜੇ ਹਾਈ ਦੇ ਵਿੱਚ ਦੇਖਦੇ ਆ ਦੂਜੇ ਹਾਈ ਜਿਉਂਕਿ ਪਿੱਛੇ ਨੂੰ ਘੱਟ ਪਾਜਦਾ ਏ ਫੋਲ ਰੇਸ ਹੋ ਗਈ ਨਹੀਂ 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 ਮਿੱਤਰੋ ਨਹੀਂ ਅੱਗਾ ਉੱਗਾ ਨਹੀਂ ਚਾਹਦਾ ਊਂ ਟਰੈਕਟਰ ਸਹੀ ਆ ਯਾਰ ਕੰਮ ਕੁੰਮ ਕਲ ਐ ਇਹਨੂੰ ਪੂਰਾ ਘੈਂਟਾ ਇਹਨੂੰ ਕਰਾਂਗੇ ਮੋਡੀਫਾਈ ਅੱਗਾ ਚੱਕਣ ਵੀ ਲਾ ਦਾਂਗੇ ਕੋਈ ਚੱਕਰ ਨਹੀਂ ਗੇਰਾ ਗੂਰਾ ਤੇ ਵੀ ਕੰਮ ਆ ਐ ਨੋਬਾ ਨੂਬਾ ਨਵੀਆਂ ਚੜਾ ਦ ਲਓ ਵੀ ਮਿੱਤਰੋ ਕਹਿੰਦੇ ਮਸ਼ੀਨ ਖੜੀ ਐ ਵੇਟ ਕਰ ਰਹੀ ਐ ਕਿ ਕਦੋਂ ਆਏਗਾ ਭਾਈ ਕਦੋਂ ਆਏਗਾ ਟਰਾਲੀ ਲੈ ਕੇ ਲੈ ਭਾਈ ਚੱਲ 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 ਇਧਰੋਂ ਖਾਲਾ ਢਪਾਉਣਾ ਪੈਣਾ ਲਓ ਵੀ ਮਿੱਤਰੋ ਪਹਿਲਾਂ ਤਾਂ ਖਾਲੀ ਟਰਾਲੀ ਨੂੰ ਦੇਖਦੇ ਆ ਖਾਲਾ ਢਪਾਉਂਦਾਗੇ ਨਹੀਂ ਪਹਿਲੀ ਚੀਜ਼ ਤਾਂ ਇਹ ਠੀਕ ਆ ਜੀ ਉਦੋਂ ਬਾਅਦ ਦੇਖਦੇ ਆ ਕੀ ਬੰਦ ਆ ਲਓ ਵੀ ਮਿੱਤਰੋ ਪਾਰੀਏ ਗੁਲਾਰ ਲਾਦਗੇ ਪਾਈਪਾ ਪੂਪਾ ਲਓ ਵੀ ਮਿੱਤਰੋ ਓਕੇ ਆ ਕੰਮ ਚੱਲ ਭਾਈ ਮਿੱਤਰੋ ਤੋਰ ਆ ਇੱਥੇ ਰੱਖ ਭਾਈ ਕੇਰਾ ਦਾ ਕੱਢ ਤਾ ਸਲੈਪ ਇੱਥੋਂ ਇੱਥੋਂ ਢਪਾ ਦਈਏ ਖਾਲਾ ਢਪਾ ਦਈਏ ਵੇਖੀ ਜਊ ਫਿਰ ਅੱਜ ਲੱਗ ਜੂ ਪਤਾ ਲੱਗ ਜੂ ਪਤਾ ਅੱਜ ਪਤਾ ਲੱਗੂ ਵਈਲੀਆਂ ਦੇ ਜ਼ੋਰ ਦਾ ਇਹ ਇੱਥੇ ਰੱਖ ਬੱਲੇ ਤੇਰੇ ਬਾਈ ਸਰਾ ਸਰਾ ਬਸ ਆ ਡਰਾਈਵਰ ਥੋੜਾ ਜਿਹਾ ਆਪਣਾ ਜਾਲੀ ਆ ਮਿੱਤਰੋ ਇਹ ਟਰਾਲੀ ਪਲਟ ਵੀ ਸਕਦੀ ਹੈ ਹੌਲੀ 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 ਮੇਰਾ ਬਾਈ ਹੌਲੀ ਟਰਾਲੀ ਕਿਉਂ ਪਲਟ ਸਕਦੀ ਹੈ ਮਿੱਤਰੋ ਕਿਉਂਕਿ ਟੇਡਾ ਵਿੰਗਾ ਹੁੰਦਾ ਤੇ ਡਰਾਈਵਰ ਕਿਉਂ ਜਾਲੀ ਆ ਡਰਾਈਵਰ ਨੇ ਵੇਖੋ ਬਾਈ ਮੜਾ ਮਸ਼ੀਨ ਪਰਾਂ ਨੂੰ ਕਰਕੇ ਰੋਕ ਲਾ ਇਹ ਥੋੜਾ ਜਿਹਾ ਜਾਲੀ ਬੁਣਾ ਕਰਦੇ ਆ ਮਿੱਤਰੋ ਫਿਰ ਆਪਾਂ ਨੂੰ ਕੰਡ ਕਮਿੱਦਣੀ ਪੈਂਦੀ ਹੈ ਲਓ ਵੀ ਮੇਤਰੋ ਟਰਾਲੀ 36% ਭਰੀ ਸੀ ਤੇ ਚੌਂ ਡੀਅਰ ਅੱਗਾ ਚੱਕ ਕੇ ਦੁਰਦਾ ਏ ਉਹ ਬੱਲੇ ਬੱਲੇ ਯਾਰ ਕਿਆ ਬਾਤ ਹੈ ਭਈ ਅੱਗੇ ਵਾਲਾ ਤਾਂ ਸਿਰਾਈ ਕਰਾਈ ਜਾਂਦਾ ਭਾਈ ਆ ਜਿਵੇਂ ਸਿਰਾਈ ਵਾਲਾ ਅੱਗਾ ਚੱਕਦਾ ਇਹਨੇ ਭਾਈ ਯਾਰ ਮੇਤਰੋ ਇੰਨਾ ਘੈਂਟ ਕਦੇ ਟਰੈਕਟਰ ਉੱਠਦਾ ਨਹੀਂ ਦੇਖਿਆ ਮੈਂ ਉੱਠਦਾ ਵੀ ਹੈ ਤੇ ਜ਼ੋਰ ਵੀ ਮਾਰਦਾ ਹੈ ਐਵੇਂ ਨਹੀਂ ਕਿ ਪਕਾਈ ਜੀ ਮਾਰੀ ਜਾਂਦਾ ਕੱਲਾ ਬਸ ਮੂੰਹ ਹੀ ਚੱਕੀ ਜਾਂਦਾ ਦੇਖੋ ਇਹ ਚੱਕ ਕੇ ਥੱਲੇ ਨੂੰ ਵੀ ਆਊਗਾ ਇਹ ਤੌਰ ਪਰ ਇਹ ਟਰੈਕਟਰ ਆ ਗਿਆ ਥੱਲੇ ਨੂੰ اے ਤੇਰੀ ਜਦੋਂ ਗੇਅਰ ਬਦਲੇ ਜਾਂਦਾ ਉਦੋਂ ਕੰਮ ਹੁੰਦਾ ਕਿਉਂਕਿ ਆਟੋਮੈਟਿਕ ਕੀਤੇ ਵੇ ਗੇਅਰ ਮਿੱਤਰੋ ਗੇਮ ਆਪ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਤੇ ਫਿਰ ਉਦੋਂ ਜੱਬ ਪੈਂਦਾ ਜੇ ਮੈਂ ਆਪ ਦੇ ਹਿਸਾਬ ਨਾਲ ਗੇਅਰ ਪਾਉਂਗਾ ਫਿਰ ਬਸ ਇੱਕ ਅੱਗੇ ਅੱਗਾ ਚੱਕੂ ਦੂਵਾ ਥੱਲੇ ਆਜੂ ਬਾਈ ਸਿਰਾ ਯਾਰ ਸਿਰਾ 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 ਜੌਂਡੀਰ ਤਾਂ ਜੋਰ ਮਾਰਦਾ ਹੈ ਬਾਈ ਹਜੇ ਟਰਾਲੀ ਭਰੀ ਤੋਂ ਪਤਾ ਲੱਗੂਗਾ ਮਿੱਤਰੋ ਬੈਕ ਕਰਗੇ ਬੈਕ ਚੱਲ ਚੱਲ ਚੱਲੇ ਚੱਲ 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 ਬਸ ਬਾਹਲੇ ਨਹੀਂ ਅੱਗੇ-ਉੱਗੇ ਚੱਕਣੇ ਨਾ ਲਓ ਵੀ ਮਿੱਤਰੋ ਹੁਣ ਥੋੜੀ ਰੇਸ ਤੇ ਏ ਬੱਲੇ 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 ਆਹ ਕੀ ਬਾਤ ਆ ਚੌਂਡੀਅਰ ਦਾ ਕਹਿੰਦੇ ਮੇਰੇ ਵੀਰੋ ਸਿਰਾਈ ਕਰਾਈ ਜਾਂਦਾ ਸਿਰਾਈ ਕਰਾਈ ਜਾਂਦਾ ਸਿਰਾਈ ਸਿਰਾਈ ਥੋੜਾ ਜਿਹਾ ਬ੍ਰੇਕਾਂ ਵਾਲਾ ਜੱਪ ਪੈਂਦਾ ਮੋੜ ਲਾ ਮੜਾ ਗਿਆ ਐ ਇੱਥੇ ਰੱਖ ਓਏ 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 ਐਨੀ ਐਨੀ ਰੇਤ ਨਹੀਂ ਐਂ ਚੱਕ ਗਿਆ ਮੂਰਾ ਬੰਨੀ ਨੂੰ ਚੱਲ 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 ਏ ਫਾਈ ਜਿੰਨਾ ਟਾਈਮ ਅਗਲੀ ਟਰਾਲੀ ਨਹੀਂ ਪਹਿਲਾ ਪਹਿਲਾ ਖਾਲਕ ਵਾਢੀ ਲਈਏ ਮਤਲਬ ਫਿਰ ਆਪਾਂ ਟੂਚਨ ਪਾ ਕੇ ਵੇਖਾਂਗੇ ਇਹਦਾ ਇਹਦਾ ਆਪਾਂ ਟੂਚਨ ਪਾ ਕੇ ਦੇਖਾਂਗੇ ਕਿਹੜੇ ਟਰੈਕਟਰ ਨਾਲ ਪਾਈ ਹੈ ਕਿਉਂਕਿ ਇਹਦੇ ਵੇਟ ਬੂਟ ਨਹੀਂ ਪਾਇਆ ਟਾਇਰਾਂ 'ਚ ਪਾਣੀ ਪੂਣੀ ਨਹੀਂ ਹੈਗਾ 56 ਵੀ ਚਲੋ 56 ਵੀ ਦੇਖ ਲਾਂਗੇ ਜਾਂ ਫਿਰ ਇੱਕ ਤਾਂ ਕੋਈ ਹੋ ਟਰੈਕਟਰ ਹੈਗੇ ਆਪਣੇ ਕੋਲੇ ਉਹਨਾਂ 'ਚ ਕੋਈ ਇੱਕ ਦੇਖ ਲਾਂਗੇ ਠੀਕ ਹੈ ਜੀ ਟੂਚਨ ਦਾ ਵੀ ਵੇਖ ਹੀ ਲਵਾਂਗੇ ਅੱਜ ਫਿਰ ਏ ਆਈ ਤੇ ਰੱਖ ਬਲੇ ਇਧਰੇ ਖਿੱਚ 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 ਗੱਜ ਗੱਜ ਖਿੱਚ ਖਿੱਚ ਗੱਜ ਗੱਜ ਬਾਈ ਗੱਜ ਲਓ ਵੀ ਮਿੱਤਰੋ ਹੁਣ ਵੇਟ ਕਰਦੇ ਆ ਆਪਾਂ ਖੜ ਕੇ ਇਹ ਟਰੈਕਟਰ ਦੇਖੀ ਆਏ ਹੈ। ਕੀ ਆਤਾ ਯਾਰ? ਕੀ ਬਾਤ ਹੈ? ਕੀ ਬਾਤ ਹੈ? ਐਵੇਂ ਥੋੜਾ ਜੌਂਡੀਰ ਕਹਿੰਦੇ ਆ ਮਿੱਤਰੋ ਸਪੂਟਾ ਸਪੈਸ਼ਲੀ ਲਵਾਇਆ। ਜੜੀਆਂ ਮਗਰਲੇ ਟਾਇਰਾਂ ਤੋਂ ਇੰਜਣ ਤੱਕ ਆ ਕਿਉਂਕਿ ਇਹਦੇ ਨਾਲ ਆਪਾਂ ਫੁੱਲ ਭਾਰੀ ਕੰਮ ਕਰਨਾ ਹੈ। ਦੇਖੋ ਜਾਂਦਾ ਚੋਬਰ ਮੇਰੇ ਵੀਰੋ ਫੇਰ ਵੇਖੋ ਮਿੱਤਰੋ ਫੇਰ ਉਹ ਵੀ ਖੜਾਈ ਹੋਨੇ। ਫੇਰ ਮਸ਼ੀਨ ਉਹ ਵੀ ਖੜਾਈ ਹੈ। ਜਾਲੀ ਡਰਾਈਵਰ ਬਈ ਯਾਰ ਆਪਾਂ ਬਦਲ ਦੇਣਾ ਮਿੱਤਰੋ। ਅਗਲੀ ਯਾਰੀ ਨੂੰ ਪੱਕਾ ਬਦਲ ਦੇਣਾ। ਆਪਾਂ ਰੱਖਣਾ ਹੀ ਨਹੀਂ ਯਾਰ। ਆਪਾਂ ਨੂੰ ਹੋਰ ਡਰਾਈਵਰ ਮਿਲ ਜੇ ਇਹਨੂੰ ਭੁਜਾ ਦੇਣਾ ਆਪਾਂ। ਇਹਨੂੰ ਆਪਾਂ ਭੁਜਾ ਹੀ ਦੇਣਾ ਮਿੱਤਰੋ। ਨਾ ਬੇਰ ਕਰਦਾ ਨਾ ਕੁਝ ਹੋਰ ਕਰਦਾ ਚਲਾਉਣ ਵੇਲੇ ਆਜੂਗਾ ਬਸ ਕਹੂਗਾ ਮੈਨੂੰ 20000 ਚਾਹੀਦਾ 25000 ਚਾਹੀਦਾ ਸੀਜ਼ਨ ਦਾ ਉਹ ਚ ਵੀ ਕਹੂਗਾ ਭਾਈ ਪਹਿਲਾਂ ਮੈਨੂੰ ਡੈਕ ਲਵਾ ਕੇ ਦਿਓ ਓਏ ਅਪਡੇਟ ਡਰਾਈਵਰ ਵੀ ਜਾਲੀਆ ਨਹੀਂ ਨਹੀਂ ਆਪਾਂ ਅਹੀ ਡਰਾਈਵਰ ਲਾ ਕੇ ਲਾਂਗੇ ਇਹ ਮੈਨੂੰ ਵੱਡਾ ਡੈਕ ਲਵਾ ਕੇ ਦਿਓ ਦੋ ਕਾਰਡ ਭੁੱਖੀ ਦੇ ਲੋ ਚਲੋ ਬਥੇਰਾ ਟਰਾਲੀ ਭਰਦੇ ਆ ਯਾਰ ਆਪਾਂ ਬਕਵਾਦ ਉਹੀ ਕਰਦੀ ਬਾਲੀ ਇਹ ਐਵੇਂ ਡਰਾਈਵਰ ਵੀਰ ਕੋਈ ਗੁੱਸਾ ਹੋ ਜਾਊਗਾ ਆਪਣੇ ਤੋਂ ਮਜ਼ਾਕ ਹੈ ਭਾਈ ਮਜ਼ਾਕ ਹੈ ਮਜ਼ਾਕ ਹੈ ਮਜ਼ਾਕ ਹੈ ਯਾਰ ਆਪਰੇ ਤੋਂ ਡਰਾਈਵਰ ਦੀ ਗੱਲ ਲੱਗਦਾ ਪਿਆ ਚੱਲ ਹਾਲੀ ਹੌਲੀ 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 ਆ ਬਣ ਗਈ ਗੱਲ ਬਣ ਗਈ ਬਣ ਗਈ ਲੈ ਯਾਰ ਆ ਜਾਲੀ ਪੁਣਾ ਨਾ ਮੇਤਰੋ ਅੱਗਾ ਚੱਕ ਕੇ ਨਾ ਪੁੱਠੇ ਪਾਸੇ ਨਹੀਂ ਮੁੜੂ ਜਿੱਦੋਂ ਨਾ ਮੋੜਨਾ ਤੂੰ ਉਆਣੂ ਮੁੜ ਪਾ ਚੱਲ ਚੱਲ ਚੱਲੇ ਚੱਲ ਐ ਬਸ ਲੈ ਲਿਆ ਕੰਮ ਹੋਂ ਤਾਂ ਲੈ ਲਿਆ ਕੰਮ ਕੀ ਆ ਬਾਤ ਹੈ ਟਰੈਕਟਰ ਹੋਂ ਨਹੀਂ ਮੂੰਹ ਧਲੇ ਲਾਉਂਦਾ ਮੇਤਰੋ ਜੋਰ ਜ਼ਰੂਰ ਮਾਰੂਗਾ ਜੋਰ ਫੁੱਲ ਮਾਰੂਗਾ ਇਹ ਆਓ ਚੱਕੋ ਕਹਿੰਦੇ ਆਓ ਚੱਕੋ ਹੋ ਗਿਆ ਨਾ ਕੰਮ ਉਹੀ ਉਹ ਗਿਆ ਮੇਤਰੋ ਕੰਮ ਹੋ ਹੀ ਜੀ ਤੋ ਜੀ ਤੋ ਮੈਂ ਡਰਦਾ ਸੀ ਚਾਚਾ ਦੀ ਉਹੀ ਕੰਮ ਹੋ ਗਿਆ ਮੈਨੂੰ ਲੱਗਦਾ ਨਹੀਂ ਮੇਤਰੋ ਭਰੀ ਟਰਾਲੀ ਖਿੱਚੂਗਾ ਅਰੀ ਟਰਾਲੀ ਆਸਤੇ ਆਪਾਂ ਨੂੰ ਝੋਟਾ ਕੋਈ ਹੋਰ ਸੱਤਣਾ ਪਹਿਣਾ ਕਿਉਂਕਿ ਵੱਡਾ ਹੀ ਸੱਤਣਾ ਪਹਿਣਾ ਆਪਾਂ ਨੂੰ ਸਹੀ ਮਣੇ ਬਾਕੀ ਟਰੈਕਟਰਾਂ ਦੇ ਵੀ ਕੰਮ ਵਸਦਾ ਨਹੀਂ ਲੱਗਦਾ ਇਹ ਜ਼ੋਰ ਤਾਂ ਫੁੱਲ ਮਾਰਦਾ ਯਾਰ ਜ਼ੋਰ ਤਾਂ ਫੁੱਲ ਮਾਰਦਾ ਪਿਆ ਜ਼ੋਰ ਤਾਂ ਫੁੱਲ ਆਏ ਨਹੀਂ ਆਪਾਂ ਕਹਿ ਸਕਦੇ ਕਿ ਜ਼ੋਰ ਨਹੀਂ ਮਾਰਦਾ ਜ਼ੋਰ ਫੁੱਲ ਹੈ ਹੈ ਆਹੀ ਮਿਸਿੰਗ ਕਰਦਾ ਪਿਆ ਨਵਾਂ ਟਰੈਕਟਰ ਮਿੱਤਰੋ ਮਿਸਿੰਗ ਕਰਦਾ ਪਿਆ ਮਤਲਬ ਰੇਸ ਖੋਲੀ ਪਈ ਆਪਾਂ ਮਿਸਿੰਗ ਟਰੈਕਟਰ ਉਦੋਂ ਹੀ ਕਰੂਗਾ ਨਾ ਜਦੋਂ ਰੇਸ ਵੱਧ ਖੋਲੀ ਹੋਵੇ ਤੇ ਪੰਪ ਰਟਾਇਰ ਹੋਵੇ ਉਦੋਂ ਹੀ ਕਰਦਾ ਮਿਸਿੰਗ ਚੱਲ 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 ਦੂਜਾ ਹੈ ਹੀ ਆ ਮਿੱਤਰੋ ਇਹ ਪਹਿਲਾ ਹੈ ਹੀ ਕਰ ਲਿਆ ਇਹ ਪ੍ਰਾਲੀ ਪ੍ਰਾਲ ਟੱਪ ਜੂ ਇਹ ਚੱਕ ਟਰੈਕਟਰ ਦਾ ਭਾਵੇਂ ਮੂੰਹ ਨਹੀਂ ਥੱਲੇ ਲਾਦਾ ਮਿੱਤਰੋ ਆ ਲੈ ਆ ਵੀ ਕਣਕ ਛੱਡੀ ਪਈ ਹੁਣ ਤਾਂ ਭਜਾ ਦੇਣਾ ਮਿੱਤਰੋ ਹੁਣ ਭਜਾ ਦੇਣਾ ਇਹ ਕਈ ਦੇ ਮਿੱਤਰੋ ਡਾੜਦਾ ਮੈਂ ਨਾ ਮੂਰੇ ਵੇਟ ਹੋਰ ਪੋਣਾ ਪੈਣਾ ਵਾ ਜਾ ਆਪਾਂ ਮੂਰੇ ਟਾਇਰਾਂ 'ਚ ਪਾਣੀ ਭਰਦ ਗਏ ਹਨਾ ਫੇਰ ਹੀ ਗੱਲ ਬਣਨੀ ਆ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਣੀ ਆ ਮਿੱਤਰੋ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਣੀ ਆ ਐਂ ਕਰਦਾ ਮਿੱਤਰੋ ਅੰਦਰ ਮੇਰੇ ਕੋਲੇ ਵੇਟ ਪਿਆ ਮੈਂ ਉਹ ਪਾ ਕੇ ਲੈ ਕੇ ਆਉਣਾ ਉਹ ਪਾ ਕੇ ਲੈ ਕੇ ਆਉਣਾ ਮੂਰੇ ਥੋੜਾ ਜਿਹਾ ਹੋਰ ਇੱਤੇ ਬੰਨ ਬੁੰਨ ਲਿਆਉਂਦੇ ਇਟਾ ਜੀਆਂ ਮਿੱਤਰੋ ਵੇਟ ਕਹਿੰਦੇ ਪੈਂਦਾ ਨਹੀਂ ਪਿਆ ਵੇਟ ਸਿਰਫ ਪੈਂਦਾ ਪਿਆ ਮਗਰ ਮਿੱਤਰੋ ਹੋਰ ਆਪਾਂ ਕਿਤੇ ਨਹੀਂ ਵੇਟ ਪਾ ਸਕਦੇ ਤੇ ਐਂ ਕਰਦੇ ਆ ਇਹਦਾ ਹੁੰਦਾ ਫਿਰ ਸਵਾਜਾ ਮਾੜਾ ਜਾਂ ਲਈਏ ਫਿਰ 44 ਨਾਲ ਟੋਜਨ ਪਾਉਂਦੇ ਆ ਕਿਉਂਕਿ ਹੁਣ ਤਾਂ ਵੱਢਿਆ ਗਿਆ ਮਿੱਤਰੋ ਇੰਨਾ ਗਵਾਨ ਬਾਕੀ ਮੈਂ ਬਾਅਦ ਚ ਵੱਢੂੰਗਾ ਵੀਡੀਓ ਜਦੋਂ ਆਪਾਂ ਖਤਮ ਕਰਦੇ ਠੀਕ ਹੈ ਬਾਕੀ ਸਾਰਾ ਉਦੋਂ ਕਣਕ ਵੱਢ ਲਾਂਗੇ ਤੇ ਟਰਾਲੀ ਜ਼ਰੂਰ ਕੱਢਣੀ ਆਪਾਂ ਟਰਾਲੀ ਤਾਂ ਕੱਢਣੀ ਆ ਭਾਈ ਟਰਾਲੀ ਆਪਾਂ ਐਂ ਕਰਦੇ ਆ ਹੋ ਟਰੈਕਟਰ ਨਾਲ ਬਾਹਰੋਂ ਕੱਢ ਲੈਂਦਾ ਕਿਉਂਕਿ ਇਹਨੇ ਮੂੰਹ ਥੱਲੇ ਲਾਉਣਾ ਨਹੀਂ ਤੇ ਨਿਕਲ ਨਹੀਂ ਨੀ ਬਾਕੀ ਟਰਾਈ ਮਾਰ ਲਾਂਗੇ ਇੱਕ ਵਾਰੀ ਹੋਰ ਹੈ ਕਿ ਨਹੀਂ ਟਰਾਈ ਕਰਨ ਵੱਲੋਂ ਕੀ ਜਾਂਦਾ ਹੈ ਕਿ ਨਹੀਂ ਲਓ ਵੀ ਮਿੱਤਰੋ ਕਹਿੰਦੇ ਇੱਧਰ ਪਹਿਲਾ ਹਾਈ ਹੈ ਤੇ ਉਧਰ ਪਤਾ ਨਹੀਂ ਮਿੱਤਰੋ ਚੋਪਰ ਨੇ ਕਿਹੜਾ ਗੇਅਰ ਪਾਇਆ ਵਾ ਹਾਏ ਓਏ ਇੱਧਰ ਗੇਅਰ ਤਾਂ ਮਿੱਤਰੋ ਸਾਰੇ ਹੀ ਲਈ ਜਾਂਦਾ ਏ ਨਹੀਂ ਬਾਈ ਨਹੀਂ 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 ਅੱਜ ਟੋਚਨ ਸਹੀ ਨਹੀਂ ਪੈਣਾ ਇੱਥੇ ਮੈਨੂੰ ਲੱਗਿਆ ਵਾ ਉਹ ਖਿੱਚਦਾ ਵੀ ਹੈ ਕਿ ਰੋਕ ਲਿਆ ਸੀ ਉਹਨੂੰ ਪਤਾ ਨਹੀਂ ਮਿੱਤਰੋ ਚਲੋ ਉਹ ਟਕਾਣੇ ਤੇ ਹੀ ਪਹੁੰਚ ਗਿਆ ਸੀ ਮਿੱਤਰੋ ਥੋੜਾ ਜਿਹਾ ਸਿਸਟਮ ਹੋਰ ਹਸਾਬ ਨਾਲ ਟੋਚਨ ਪਾਈ ਸੰਗਲ ਦਾ ਪਾ ਕੇ ਦੇਖਦੇ ਹਾਂ ਨਿਕਾਇਆ ਟੋਚਨ ਸੀ ਤੁਸੀਂ ਵੀ ਕਹਿੰਦੇ ਹੋਗਾ ਤਾਂ ਪਤਾ ਹੀ ਨਹੀਂ ਲੱਗਿਆ ਬਾਈ ਕਿਹੜੇ ਵੇਲੇ ਖਤਮ ਹੋ ਗਿਆ ਪਰ ਚਲੋ ਕਿੱਥੇ ਐ ਸੰਗਲ ਸੰਗਲ ਲਿਆਉਣਾ ਮੈਂ ਭਾਲ ਕੇ ਮਿੱਤਰੋ ਸੰਗਲ ਦਾ ਟੋਜਨ ਪਾਉਨੇ ਆ ਸੰਗਲ ਦਾ ਵੇਖਦੇ ਆ ਕਿਹੜਾ ਰਾਈਟਰ ਚੋਰ ਮਾਰਦਾ ਹੈਗੇ ਨਹੀਂ ਲਾਓ ਵੀ ਮਿੱਤਰੋ ਕਹਿੰਦੇ ਵੀਰ ਗਏ ਸੰਗਲ ਨਾਲ ਦਾ ਵੀਰ ਗਏ ਏ ਬੱਲੇ 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 ਆ ਕੀ ਹੋ ਗਿਆ ਇੱਕ ਮਿੰਟ ਇੱਕ ਮਿੰਟ ਮਿੱਤਰੋ ਗੇਰਾ ਦੇ ਕਰਨਾ ਪੈਣਾ ਜੌਂਡੀਰ ਨੂੰ ਵੀ ਜੌਂਡੀਰ ਨੂੰ ਵੀ ਗੇਰਾ ਦੇ ਚਲਾਉਣਾ ਪੈਣਾ ਏ ਨਹੀਂ 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 ਇੱਕ ਮਿੰਟ ਇੱਕ ਮਿੰਟ ਮਿੱਤਰੋ ਇੱਕ ਮਿੰਟ ਮੜਾ ਇਸ ਹਾਵ ਨਾਲ ਆਉਣ ਤੇ ਕੰਮ ਹਣ ਹੁਣ ਬੜੂਗੀ ਨਾ ਗੱਲ ਅੱਜ ਚਾਰਜ ਕਰਕੇ ਲੈ ਕੇ ਆਏ ਮਿੱਤਰੋ ਚੱਲ ਇਹ ਉਹ ਤੇਰੀ ਉਹ ਬਾਈ ਬਾਈ ਆ ਗਈ ਹੋ ਗਿਆ ਮੈਨੂੰ ਲੱਗੇ ਹੁਣੇ ਖਿੱਚਦਾ ਪਿਆ ਵਾ ਯਾਰ ਨਾ ਨਾ ਯਾਰ ਆਹ ਤੱਕ ਕਾੜਾ ਕਰੋ ਭਾਜੀ ਤੱਕਾ ਨਾ ਕਰੋ ਇਹਨਾਂ ਫਿਰ ਦੂਜਾ ਪਟਕੇ ਲਾਇਆ ਇਹ ਦੂਜਾ ਬਾਈ ਹਾਈ ਚ ਚੱਲਦਾ ਪਿਆ ਇਹ ਤੀਜਾ ਉਹ ਤੇਰੀ ਬਾਈ ਕੀ ਬਾਤ ਹੈ ਕੀ ਬਾਤ ਹੈ ਜੋਰ ਤਾਂ ਮਾਰ ਲੱਗੂ ਮਿੱਤਰੋ ਇਹ ਰਟਾਇਰਾ ਡੂਰਾਏ ਪਾਣੀ ਪੂਣੀ ਨਹੀਂ ਨਾ ਫਿਰ ਤਾਨੂੰ ਪਤਾ ਉਧਰ 44 ਆਪਾਂ ਛੱਡਿਆ ਵਾ ਆਏ ਹੋਏ ਕੀ ਬਾਤ ਹੈ ਕੀ ਬਾਤ ਹੈ ਰੇ ਸਾਵੇ ਖੁੱਦੰਦਾ ਓਏ ਹੋਏ 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 ਮਤਲਬ ABC ਗਾਇਸ ਸਮਝ ਰਹੇ ਹੋ ਨਾ ਇਹ ਦੂਜਾ ਪੈਸੇ ਦਾ ਟੂ ਸਪੀਡ ਹੀ ਹੁੰਦਾ ਵਾ 50 50 ਪਤਾ ਨਹੀਂ ਇਹ ਚ ਕੀ ਕੀਤਾ ਕੀ ਆ ਮਿੱਤਰੋ ਚਲੋ ਚਲੋ ਕੇ ਨਾ ਰੋਕੀਏ ਕੇ ਨਾ ਰੋਕੀਏ ਉਹਨੂੰ ਇਧਰ ਸਾਈਡ ਤੇ ਲੈ ਹੈਗੇ ਚੱਲ 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 ਝੋਟਿਆ ਚੱਲ ਚਲੋ ਮਿੱਤਰੋ ਬਹੁਤ ਹੋ ਗਏ ਡੋਜਨ ਟਾਜਨ ਆਏ ਹੋਏ ਕੀ ਬਾਤ ਹੈ ਆਵਾਜ਼ ਤਾਂ ਸੋਹਣੀ ਆ ਟਰੈਕਟਰ ਦੀ ਖਿੱਚਣ ਲੱਗੂਗਾ ਮਿੱਤਰੋ ਜਦੋਂ ਇਹਦੇ ਟਾਇਰ ਟੂਰ ਸੈੱਟ ਕੀਤੇ ਨਾ ਉਦੋਂ ਖਿੱਚਣ ਲੱਗੂਗਾ ਕੇਰਾ ਨਹੀਂ ਇਹਨੇ ਖਿੱਚ ਲੱਗਣਾ ਐਦਾਂ ਜੇ ਆਪਾਂ ਕਹੀਏ ਕਿ ਆਪਾਂ ਹੁਣੇ ਹੀ ਇਹਨੂੰ ਬਣਾ ਲਗੇ ਝੋਟਾ ਤੇ ਹੁਣੇ ਝੋਟਾ ਨਹੀਂ ਬਣਾਇਨੇ ਹੌਲੀ 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 ਜ਼ੋਰ ਮਾਰ ਲੱਗੂ ਲਓ ਵੀ ਮਿੱਤਰੋ ਕੇਰਾ ਦਾ ਜਾ ਕੇ ਫਿਰ ਹੁਣ ਵੇਖਿਏ ਕਿ ਟਰਾਲੀ ਖਿੱਚਦਾ ਕਿ ਨਹੀਂ ਕਿਉਂਕਿ ਜ਼ੋਰ ਤਾਂ ਬਾਹਣ ਦੇ ਵਿੱਚ ਵੀ ਖਾਸ ਉਦੋਂ ਹੀ ਪਤਾ ਲੱਗਣਾ ਕਿਉਂਕਿ ਟਰਾਲੀ ਦੇ ਚੱਕ ਜਾਂਦਾ ਅੱਗਾ ਤੇ ਫਿਰ ਅੱਗੇ ਦੇ ਕੰਮ ਹੋ ਜਾਂਦਾ ਖਰਾਬ ਕੱਲ ਨੂੰ ਆਪਾਂ ਇਹਨੂੰ ਸੈੱਟ ਕਰ ਦਾਂਗੇ ਜਾਂ ਅਗਲੀ ਵੀਡੀਓ ਦੇ ਵਿੱਚ ਜਦੋਂ ਵੀ ਉਦੋਂ ਥੋੜਾ ਜਿਆ ਇਹਨੂੰ ਸੈੱਟ ਸੁੱਟ ਕਰਾਂਗੇ ਆਪਾਂ ਇਹਦਾ ਟੈਰਾ ਟੂਰਾ ਭਰਾਂਗੇ ਪਾਣੀ ਮੂਰੇ ਵੇਟ ਬੂਟ ਵਧਾ ਦਾਂਗੇ ਜਿਹਦੇ ਨਾਲ ਅਗਣਾ ਚੱਕੇ ਕਿਉਂਕਿ ਜੌਂਡੀਰ ਹਲਕਾ ਡਰਾਈਟਰ ਮਿੱਤਰੋ 2 बाई ਕੁਇੰਟਲ ਦਾ ਹੁੰਦਾ ਏਜੰਸੀ ਵੱਲੋਂ ਹੀ ਤੇ ਇੱਥੇ ਫਿਰ ਵੀ ਆਪਾਂ ਥੋੜਾ ਜਿਆ ਇਹ ਭਾਰਾ ਕੀਤਾ ਵਾ ਇਹਨੂੰ 24 ਕੁਇੰਟਲ ਦਾ ਕੀਤਾ ਵਾ ਲਓ ਵੀ ਮਿੱਤਰੋ ਕਹਿੰਦੇ ਹੁੱਕ ਪੌਂਦੇ ساری ਗੁੱਲਾ ਹੱਥ ਆ ਜਾਣਾ ਸੀ ਮੇਰਾ ਤਾਂ ਵਿੱਚ ਬਾਈ ਆਦਾ ਕਹਿੰਦੇ ੱਤਕਾ ਹੀ ਹੋ ਗਿਆ ਨਾ ਆਦਾ ਭਾਜੀ ੱਤਕਾ ਹੀ ਕਰੀ ਜਾਂਦੇ ਆ ਮੜੂਗਾ ਕਿ ਨਹੀਂ ਇੱਧਰੋਂ ਨਾਲ ਦੇ ਵਾਂਚੀ ਵੜ ਜਾ ਇੱਥੋਂ ਵਾਟੀ ਟੱਪ ਜਾ ਹਾਏ ਹੋਏ ਬਾਜੀ ਤੱਕਾ ਇਹ ਚੱਲ 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 ਭਾਈ ਜਾਣ ਜਾਣ ਦਾ ਤਾਂ ਪਤਾ ਲੱਗਦਾ ਕਿ ਇੱਥੋਂ ਚੜਦਾ ਟਰਾਲੀ ਨੂੰ ਚੜਾਉਗੇ ਨਹੀਂ ਟਰਾਲੀ ਥੱਲੋ ਲੱਗ ਗਈ ਭਈ ਟਰਾਲੀ ਥੱਲੋ ਲੱਗ ਗਈ ਸੌਰੀ ਸੌਰੀ ਗਾਈਜ਼ ਟਰਾਲੀ ਥੱਲੋ ਲੱਗ ਗਈ ਟਾਇਰ ਚੱਕੇ ਗਏ ਇਹਦਾ ਹੁਣ ਆਪਾਂ ਨੂੰ ਟਰੈਕਟਰ ਲਿਆਉਣਾ ਪੈਣਾ ਕੋਈ ਕੱਢਣ ਵਾਸਤੇ ਲਿਆਈ ਗਏ ਚਲੋ ਭਾਈ ਹੋ ਜਾ ਸਿੱਧੇ ਹੁਣ ਲਾਓ ਵੀ ਮਿੱਤਰੋ ਕਹਿੰਦੇ 56 ਵੀ ਬੱਕ ਦਾ ਹੀ ਆਉਂਦਾ ਝੋਟਾ ਦੋਨਾਂ ਦਾ ਜੋਰ ਲੱਗ ਗਿਆ ਨਾ ਤੇ ਮੈਨੂੰ ਇੰਨਾ ਵੱਡਾ ਟਰਾਲੀ ਨਿਕਲ ਨਹੀਂ ਥਾਗਦੀ ਇੱਥੋਂ ਚੰਗੀ ਤਰ੍ਹਾਂ ਕਿਉਂਕਿ ਪਰਲੇ ਪਾਸੇ ਕੜ ਕੇ ਬੈਕ ਕੱਢ ਲਏ ਜੇ ਕਹਿੰਦੇ ਉਹਦਾ ਬੈਕ ਪੈਕ ਹੀ ਟੱਕਰ ਮਾਰ ਲਗੇ ਮਿੱਤਰੋ ਪਿੱਛੇ ਨੂੰ ਹੀ ਖਿੱਚ ਗਏ ਇਹਨੂੰ ਏ ਚੱਲ 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 ਪਿੱਛੇ ਸੰਗਲ ਪਾ ਸਕਦੇ ਨਾ ਟਰਾਲੀ ਤੇ ਮਗਰ ਹੁੱਕ ਹੈਗੀ ਮਿੱਤਰੋ ਲਓ ਵੀ ਮਿੱਤਰੋ ਇੱਥੇ ਪਤਾ ਲੱਗੂ ਜ਼ੋਰ ਹੌਲੈਂਡ ਦਾ ਹੌਲੈਂਡ ਕਰ ਲੈ ਕੁਛ ਮੇਰਾ ਭਾਈ ਪਲੀਜ਼ ਪਲੀਜ਼ ਮਿੱਤਰੋ ਆ ਗਈ ਹੋ ਗਿਆ ਹੈ ਖੁੱਬ ਗਿਆ ਭਾਈ ਖੁੱਬ ਗਿਆ ਖੁੱਬ ਗਿਆ ਖੁੱਬ ਗਿਆ ਖੁੱਬ ਗਿਆ ਭਾਈ ਖੁੱਬ ਗਿਆ ਉੱਭ ਗਿਆ ਯਾਰ ਭਾਈ ਆਏ ਕਰਦੇ ਆ ਇਹ ਜੌਂਡੀਅਰ ਨੂੰ ਮੂਹਰੇ ਲਾਉਂਦੇ ਆ ਭਾਈ ਜੌਂਡੀਅਰ ਨੂੰ ਮੂਹਰੇ ਲਾਉਂਦੇ ਆ ਜੌਂਡੀਅਰ ਆ ਜਾ ਭਾਈ ਤੇ ਤੇਰੀ ਲੋੜ ਪੈ ਗਈ ਇਹ ਆਹ ਘੜਤੀ ਟਰਾਲੀ ਇਹ ਟਰਾਲੀ ਪਲਟ ਵੀ ਸਕਦੀ ਹੈ ਮਿੱਤਰੋ ਕੁਝ ਵੀ ਹੋ ਸਕਦਾ ਹੈ ਦੇਖਦੇ ਆ ਕੀ ਬੜਦਾ ਹੈ ਲਓ ਵੀ ਮਿੱਤਰੋ ਪਹਿਲਾ ਡੰਡਾ ਚੱਕ ਲਈਏ ਦੇਖਦੇ ਆ ਡੰਡੇ ਨਾਲ ਨਿਕਲਦਾ ਕਿ ਨਹੀਂ ਤੇ ਡੰਡੇ ਨਾਲ ਵੈਸੇ ਤਾਂ ਪਲਵਾਨ ਹੀ ਕੱਢੂਗਾ ਸਹੀ ਮਣੇ ਮਿੱਤਰੋ ਚਲੋ ਦੇਖਦੇ ਆ ਮਾਰ ਕੇ ਦੇਖਦੇ ਆ ਜੋਰ ਆ ਜੇ ਦੋ ਟਰੈਕਟਰਾਂ ਨੇ ਟਰਾਲੀ ਗੱਢ ਲਈ ਤਾਂ ਸਰਾ ਹੋ ਜੂ ਨਹੀਂ ਪਰ ਉੱਥੇ ਹੀ ਤਰਪਾਲ ਪਾ ਦਾਂਗੇ ਜਦੋਂ ਵੱਡੀ ਹੋ ਗਈ ਉਦੋਂ ਕੱਢ ਲਾਂਗੇ ੱੱਕਾ ਹੋ ਗਿਆ ਮਿੱਤਰੋ ਸੌ ਲੱਗੇ ਹੋ ਟਰੈਕਟਰ ਦਾ ਗੱਢ ਲੈਣੀ ਸੀ ਯਾਰ ਇਹ ਆਹ ਡੰਡਾ ਲੈ ਕੇ ਚਾਹੁੰਦੇ ਆ ਆਪਾਂ ਚੱਲ ਚੱਲ ਭਾਈ ਡੰਡਾ ਕਹਿ ਲਓ ਲੱਠ ਕਹਿ ਲਓ ਜੋ ਮਰਜ਼ੀ ਕਹਿ ਲਓ ਵੰਗਾ ਕਹਿ ਲਓ ਹਸਾ ਹਸਾ ਦੀ ਗੱਲ ਐ ਮਿੱਤਰੋ ਮਿੱਤਰੋ ਨਿਊ ਜੌਂਡੀ ਆਰੀ ਆਉਂਦੇ ਸਾਰੀ ਸਟਕ ਹੋ ਗਿਆ ਸਹੀ ਮਣੇ ਹਾਏ ਓਏ ਬਾਜੀ ੱੱੱਕਾ ਬਾਜੀ ੱੱੱਕਾ ਕਰੀ ਜਾਂਦੇ ਹੋ ਬਾਲਾ ੱੱੱਕਾ ਕਰੀ ਜਾਂਦੇ ਆ ਬਈ ਆਪਾਂ ਸਹੀ ਮਣੇ ਦੇਖਿਆ ਜਾਵੇ ਆਲਾਨ ਬਈ ਆਲਾਨ ਦੇ ਤਾਂ ਟਾਇਰ ਵੀ ਚੌੜੇ ਸੀ ਯਾਰ ਪਤਾ ਨਹੀਂ ਇੰਨੀ ਮਿੱਟੀ ਨਾਲ ਥੋੜੀ ਜਿਹੀ ਗਿੱਲੀ ਆ ਮਿੱਤਰੋ ਪਾਣੀ ਜਿਹੜਾ ਖੀਰਲਾ ਲਾਇਆ ਨਾ ਆਪਾਂ ਉਹ ਥੋੜਾ ਜਿਹਾ 10 ਦਿਨ ਜੇ ਪਹਿਲਾਂ ਲੱਗਾ ਹੁੰਦਾ ਤਾਂ ਗੱਲਾਂ ਬਾਤਾਂ ਹੋਰ ਹੋਣੀਆਂ ਸੀ ਚੱਲ 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 ਓਏ ਯਾਰ ਬਈ ਕੀ ਕੀ ਭਕਾਈ ਵੱਜੀ ਜਾਂਦੀ ਐ ਇਹ ਕਦਾਈ ਨੂੰ ਬੈਕ ਕਰਨਾ ਬਹੁਤ ਔਖਾ ਯਾਰ ਚੱਲ ਡੰਡਾ ਦਾ ਫੜ ਕੇ ਸੈੱਟ ਕਰ ਲਾਂਗੇ ਯਾਰ ਲਓ ਵੀ ਮਿੱਤਰੋ ਵੇਖਦੇ ਆ ਜੋਰ ਏ ਹਾਏ ਓਏ ਆ ਕੀ ਹੋ ਗਿਆ ਭਾਈ ਆ ਕੀ ਹੋ ਗਿਆ ਭਾਈ ਨਹੀਂ 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 ਆਏ ਆਏ ਗੱਲ ਨਹੀਂ ਬਾਨੀ ਇਹਨੂੰ ਟਰੈਕਟਰ ਨੂੰ ਕੱਢਣ ਦੀ ਕੋਸ਼ਿਸ਼ ਕਰਕੇ ਨਿਕਲਿਆ ਨਿਕਲਿਆ ਮੇਰਾ ਭਾਈ ਨਿਕਲਿਆ 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 ਪਲੀਜ਼ ਨਿਕਲਿਆ ਇਹ ਆਓ ਬੜੀ ਗੱਲ ਇਹਨੂੰ ਨਾ ਟਰੈਕਟਰ ਨੂੰ ਥੋੜਾ ਜਿਹਾ ਟੇਡਾ ਲਾਈਏ ਇਧਰ ਨੂੰ ਲਾਈਏ ਕਿਉਂਕਿ ਇਧਰ ਵਟਵੰਤ ਨਹੀਂ ਥਾ ਨਾ ਥੋੜਾ ਜਿਹਾ ਪੱਕਾ ਹੋਊਗਾ ਲਓ ਵੀ ਮਿੱਤਰੋ ਕਹਿੰਦੇ ਏ ਆਓ ਤੋਰਿਆ ਸੀ ਮੜਾ ਤੋੜਿਆ ਸੀ ਮੜਾ ਤੋਰਿਆ ਸੀ ਮੜਾ ਤੋਰਿਆਈ ਬੈਕ ਵੀ ਜਾਂਦਾ ਚੱਲ 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 ਖੇਚਲਾ 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 ਆਏ ਹੋਏ ਹਾਏ ਹੋਏ ਹਾਏ ਹੋਏ ਹਾਏ ਹੋਏ ਭਾਈ 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 ਟਰੈਕਟਰ ਦਾ ਕੱਢ ਸਕਦੇ ਆ ਪਰ ਟਰਾਲੀ ਕੱਢਣੀ ਔਖੀ ਐ ਏ ਚੱਲ ਚੱਲ ਆ ਗਈ ਆ ਗਈ ਸਕੀਮ ਆ ਗਈ ਮਿੱਤਰੋ ਸਕੀਮ ਆ ਗਈ ਦਿਮਾਗ ਚ ਸਕੀਮ ਆ ਗਈ ਹੁਣ ਹੁਣ ਆਪਾਂ ਟਰਾਲੀ ਖਿੱਚ ਲ ਗਏ ਹੁਣ ਪਰ ਉਹਨੂੰ ਟਰਾਲੀ ਖਿੱਚ ਲੈ ਟਰਾਲੀ ਟੇਢੀ ਹੋ ਗਈ ਆ ਹੁਣ ਟਰਾਲੀ ਖਿੱਚ ਲ ਗਏ ਇਹ ਚਲੋ ਚੱਲ 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 ਮੇਰਾ ਬਾਈ ਮੇਰਾ ਬਾਈ ਜੋਂਡੀਅਰ ਹੈ ਅੱਗਾ ਬਾੜਾ ਨਾ ਚੱਕੀ ਮੇਰਾ ਭਰਾ ਠੀਕ ਆ ਪਲੀਜ਼ ਐਜ ਤੇ ਰੱਖ ਲਈ ਮੇਰੀ ਨਵਾਂ ਲਿਆਂਦਾ ਲੋਕੀ ਕਹਿਣਗੇ ਕਿ ਨਵਾਂ ਲਿਆਂਦਾ ਹੀ ਬਈ ਭੰਤਾ ਹਾਏ ਓਏ ਚੱਲ ਲੋ ਵੀ ਮਿੱਤਰੋ ਪਾਈਪਾ ਲੋੜੀਆਂ ਵੀ ਜ਼ਰੂਰੀ ਹੁੰਦੀਆਂ ਇਹ ਨਹੀਂ ਚੱਲ 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 ਬੈਕ ਹੋ ਗਈ ਟਰਾਲੀ ਮੈਂ ਕਹਿੰਦਾ ਆਪਾਂ ਹਾਲੈਂਡ ਜਾਂ ਕੋਈ ਹੋ ਟਰੈਕਟਰ ਲੈ ਆਈਏ ਇਹਨੇ ਅੱਗਾ ਚੱਕਣੋਂ ਹਟਣਾ ਨਹੀਂ ਤੇ ਟਰਾਲੀ ਨਿਕਲ ਨਹੀਂ ਦੇਣੀ ਇੱਕ ਮੈਂ ਟੱਕ ਮਿੰਟ ਹਾਲੈਂਡ ਦਾ ਸੰਗਲ ਵੀ ਲਾ ਹੀ ਦੇਗੇ ਹਣ ਹਣ ਦੇਖਦੇ ਆ ਮਿੱਤਰੋ ਹੁਣ ਦੇਖਦੇ ਆ ਕੀ ਬੰਦੀ ਗੱਲ ਓਏ ਹੋਏ ਇਹ ਕਹਿੰਦਾ ਬੰਦ ਹੋ ਗਿਆ ਬਾਈ ਚੱਲ ਇਧਰ ਨਹੀਂ ਆਉ ਇਹੇ ਪੱਟੂ ਚੱਲ 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 ਬੈਕ ਹੋ ਜਾ ਬੈਕ ਹੋ ਜਾ ਬਾਈ ਤੱਕਾ 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 ਬੜਾ ਹੋਈ ਜਾਂਦਾ ਮਿੱਤਰੋ ਮੂਰੇ ਪਾ ਨਹੀਂ ਸਕਦੇ ਜੌਂਡੀਅਰ ਦੇ ਮੂਰੇ ਆਪਾ ਪਾ ਨਹੀਂ ਸਕਦੇ ਯਾਰ ਕੁਛ ਐਂਦਾ ਕਰਦੇ ਆ ਇਹ ਆਪਾਂ ਪਹਿਲਾਂ ਨਾ ਮਸ਼ੀਨ ਲਿਆ ਕੇ ਇੰਨਾ ਕਿ ਥਾਂ ਕਲੀਅਰ ਕਰ ਲਈਏ ਮਿੱਤਰੋ ਐਵੇਂ ਆਪਾਂ ਕੰਕ ਕਿਉਂ ਖਰਾਬ ਕਰਨੀ ਆ ਮੈਂ ਭੱਜ ਕੇ ਜਾ ਕੇ ਮਸ਼ੀਨ ਮਸ਼ੀਨ ਪਹਿਲਾਂ ਹੀ ਭਰੀ ਖੜੀ ਆ ਲੱਗਦਾ ਯਾਰ ਮਸ਼ੀਨ ਭਰੀ ਖੜੀ ਆ ਕਿ ਮਸ਼ੀਨ ਬਾਈ ਡਰਾਈਵਰ ਹੀ ਆਪਣਾ ਉਹ ਜਾਇਆ ਡਰਾਈਵਰ ਹੀ ਉਹ ਜਾ ਬਾਈ ਖੰਬੇ 'ਚ ਮਾਰ ਕੇ ਖੜਾਈ ਪਈ ਆ ਬਾਈ ਯਾਰ ਮੂਰੇ ਦੋ ਪਿੰਗਰਾ ਵੱਖਰੀਆਂ ਤੋੜੀਆਂ ਹੋਣਗੀਆਂ ਪਈ ਬੰਦਾ ਗਲਤ ਹੈ ਗਲਤ ਹੈ ਗਲਤ ਹੈ ਬੰਦਾ ਹੈ ਡਰਾਈਵਰ ਚੇਂਜ ਕਰ ਗਏ ਆਪਾਂ ਪਹਿਲਾਂ ਤਾਂ ਦੇਖੋ ਜੇ ਮਸ਼ੀਨ 4x4 ਆ ਖਾਲੇ ਜਵਾੜ ਨਹੀਂ ਆ ਯਾਰ ਦੱਸ ਚੱਲ ਪਹਿਲਾਂ ਮੇਰੇ ਸਾਹ ਨਾਲ ਮਸ਼ੀਨ ਕਢਣੀ ਔਖੀ ਹੋ ਜਣੀ ਆ ਨਹੀਂ ਨਹੀਂ ਨਿਕਲਾਈ 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 ਚੱਲ 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 ਓਏ ਮਸ਼ੀਨ ਨਾ ਧੱਕਾ ਮਾਰ ਦਿੰਦੇ ਨਾ ਮਗਰੋਂ ਪਰ ਨਹੀਂ ਯਾਰ ਨਹੀਂ 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 ਮਸ਼ੀਨ ਨਾ ਧੱਕਾ ਕਿਉਂ ਮਾਰਦਾ ਵਾਂ ਚੱਲ 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 ਕਣ ਕਣੀ ਖਰਾਬ ਕਰਨੀ ਆਪਾਂ ਯਾਰ ਫਸਲ ਮਸਾਂ ਹੀ ਆਉਂਦੀ ਆ ਮਿੱਤਰੋ ਵੱਡਾ ਜੌਂਡੀਅਰ ਲਿਆਉਂਦੇ ਆ ਮਿੱਤਰੋ ਔਖੇ ਸੌਖੇ ਟਰਾਲਾ ਹੁਣ ਲਾਹਦ ਗਿਆ ਛੋਟੇ ਮਗਰੋ ਵੱਡਾ ਜੌਂਡੀਅਰ ਲਿਆਉਂਦੇ ਆ ਇੱਕ ਕਰੀਚ ਪੱਟ ਕੇ ਟਰਾਲੀ ਪਰਲੇ ਪਾਸੇ ਮਾਰੂਗਾ ਐਂ ਕਰਦੇ ਜੋ ਟਰੈਕਟਰ ਹੈਗੇ ਐਵੇਂ ਸੁਵਾਸ ਸੁਵਾਦ ਦੇ ਚੱਕਰਾਂ ਦੇ ਵਿੱਚ ਹੈਗੇ ਨਹੀਂ ਮਿੱਤਰੋ ਲਾਓ ਵੀ ਮਿੱਤਰੋ ਇੰਨੇ ਇੰਨੇ ਕਣਕ ਵੱਢ ਲਈ ਆ ਜਿੱਥੇ ਜਿੱਥੇ ਮੈਂ ਗਿਆ ਲੋਡ ਜਾ ਇੰਨਾ ਇਨਾ ਥਾ ਕਲੀਅਰ ਕਰ ਲਿਆ ਜੌਂਡੀਅਰ ਬੈਕ ਕਰਨ ਦੀ ਕੋਸ਼ਿਸ਼ ਕਰਦੇ ਆ ਨਹੀਂ ਬੈਕ ਨਹੀਂ ਹੁੰਦਾ ਪਿਆ ਇਹਦੀਆਂ ਲਾਓ ਪਾਈ ਪਾਪੂ ਪਾ ਹਾਏ ਓਏ ਪਰਲੇ ਪਾਸੇ ਗੁਲਾ ਕੱ ਬਚਾ ਕੇ ਓਏ ਓ ਠੀਕ ਆ ਠੀਕ ਆ ਠੀਕ ਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਓਏ ਭਾਈ ਆ ਕੀ ਹੋਇਆ ਇੱਕੋ ਦਾਮ ਭਾਈ ਜ਼ੋਰ ਵੱਜਿਆ ਤੇ ਚੌਂਡੀਅਰ ਨੂੰ ਲਾਈਏ ਪਾਸੇ ਚੌਂਡੀਅਰ ਨੂੰ ਲਮਨੇ ਇਧਰ ਇਹ ਇੱਥੇ ਖੜਾ ਦੇ ਵੱਡਾ ਚੌਂਡੀਅਰ ਲੈ ਕੇ ਆਉਂਦਾ ਮਿੱਤਰੋ ਮੈਂ ਆਈਦਾ ਜ਼ੋਰ ਵੇਖੋ ਫਿਰ ਮਿੱਤਰੋ ਇਹ ਇਸੇ ਕੰਮ ਨੂੰ ਹੀ ਰੱਖਿਆ ਜਦੋਂ ਦੂਜੇ ਟਰੈਕਟਰਾਂ ਦੇ ਹੱਥ ਖੜੇ ਹੋਣ ਲੱਗ ਜਾਂਦਾ ਉਦੋਂ ਆਹ ਟਰੈਕਟਰ ਦੇ ਹੁੰਦੇ ਆ ਆਪਾਂ 47 55 ਮਿੱਤਰੋ 6 ਸਿਲੰਡਰਾਂ ਛੋਟਾ ਹੀ ਆ ਬਸ ਸਮਝ ਲਓ ਇਹਦੇ ਜਿੰਨੀ ਜਾਣ ਹੀ ਹੈ ਨਹੀਂ ਕਿਸੇ ਚ ਆਏ ਹਾਈ ਹਾਈ ਤਾਂ ਇਹਦੇ ਟਾਇਰ ਤੁਹਾਨੂੰ ਦਿਖਾਏ ਨਹੀਂ ਮਿੱਤਰੋ ਜਿਹੜੇ ਫਾਰਮਿੰਗ ਸਿਮੂਲੇਟਰ ਜਾਂ ਹੋਰ ਵੀ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਕਿ ਟਾਇਰ ਇਹਦੇ ਕਿਦਾਂ ਕਿਦਾਂ ਦੇ ਆ ਤੇ ਆ ਜੀ ਦੇਖੋ ਇਹ ਹੁਣ ਮੱਜੂ ਗਣਾ ਜੋਰ ਹੁਣ ਜਿੰਦਰ ਨੂੰ ਮਰਜੀ ਕੱਢ ਲੈ ਟਰਾਲੀ ਭਾਵੇਂ ਐ ਨੂੰ ਕੱਢਣੀ ਆ ਇੱਥੇ ਰੱਖ ਇਹਦਾ ਆਪਦਾ weight ਹੀ 50 ਕਵਾਂਟਲਾ ਮਿੱਤਰੋ ਟਰਾਲੀ ਇਹਦੇ ਮੂਰੇ ਕੀ ਕਰੂ ਇਹ ਹਾਏ ਓਏ 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 ਇਹ ਨਹੀਂ ਖਪੋਣਾ ਨਹੀਂ ਖਪੋਣਾ ਬਾਹਲਾ ਬਾਹਲੇ ਤਰੀਫਾਂ ਦਾ ਪੋਲ ਨਹੀਂ ਬੰਦਾ ਬੈਕ ਕਰ ਬੈਕ ਭਾਈ ਉੱਲਾ ਉਹ ਵੀ ਮਿੱਤਰੋ ਇਹ ਹੋ ਜਾ ਕਨੈਕਟ ਭਾਈ ਆ ਇੱਥੇ ਰੱਖ ਲੈ ਬਾਈ ਮੈਤਰੋ ਹੁਣ ਟਰਾਲੀ ਪਟਣੀ ਪੈਣੀ ਆ ਚੱਲ ਬਾਈ ਯਾਰ ਮੈਂ ਥੱਕਾ ਹੋਈ ਜਾਂਦਾ ਸੱਚੀ ਥੱਕਾ ਹੋਈ ਜਾਂਦਾ ਬਾਈ ਯਾਰ ਸੱਚੀ ਥੱਕਾ ਹੋਈ ਜਾਂਦਾ ਬਾਈ ਜੋਂਡਿਆਰੀ ਪਾ ਬਾਈ ਉਹਦੇ ਮੂਰੇ ਜੋਂਡਿਆਰੀ ਪਾ ਜੋਂਡਿਆਰੀ ਪਾ ਮੂਰੋਂ ਮੂਰੋਂ ਨੂੰ ਹੀ ਕੱਢਣੀ ਪੈਣੀ ਆ ਮੈਤਰੋ ਐਂ ਗੱਲ ਬੰਨ ਨਹੀਂ ਨਿੱਦਾਂ ਮੈਂ ਗੱਲ ਬਣਾਉ ਨੂੰ ਫਿਰਦਾ ਨਾ ਉਦਾਂ ਗੱਲ ਬੰਨ ਨਹੀਂ ਮੈਤਰੋ ਲਓ ਵੀ ਮੈਤਰੋ ਇੱਕ ਵਾਰੀ ਬੈਗ ਕਰਕੇ ਦੇਖਦੇ ਆ ਜੇ ਬੈਗ ਹੋ ਗਿਆ ਤਾਂ ਨਹੀਂ ਬੈਗ ਨਹੀਂ ਹੁੰਦਾ ਪਿਆ ਨਾ ਹੁਣ ਇਹਨੂੰ ਲਾ ਲੀਏ ਫਿਰ ਇਹ ਇੱਥੇ ਟਰੈਕਟਰ ਇਹਦਾ ਕੰਮ ਹੀ ਕੋਈ ਨਹੀਂ ਹੁਣ ਹੌਲੈਂਡ ਨਾਲ ਦੇਖਦੇ ਆ ਮਿੱਤਰੋ ਹੌਲੈਂਡ ਦਾ ਬੈਗ ਹੁੰਦਾ ਕਿ ਨਹੀਂ ਆਏ ਹਾਏ 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 ਅੱਜ ਦਾ ਬਾੜਾ ਧੱਕਾ ਹੋ ਗਿਆ ਮਿੱਤਰੋ ਅੱਜ ਦਾ ਬਾੜਾ ਸੀਰੀਅਸਲੀ ਯਾਰ ਆਹ ਟਰਾਲੀ ਨੇ ਤਾਂ ਤਾਂ ਜਾ ਮੈਂ ਕਹਿੰਦਾ ਇਹ ਟਰਾਲੀ ਜ਼ੋਰ ਬਹੁਤ ਲਵਾਉਂਦੀ ਹੈ ਮਿੱਤਰੋ ਇਹ ਟਰਾਲੀ ਜ਼ੋਰ ਜ਼ਿਆਦਾ ਲਵਾ ਦਿੰਦੀ ਹੈ ਟਰੈਕਟਰ ਦਾ ਨਾ ਗਾ ਨਾ ਪਛਾ ਓਕੇ ਹੁਣ ਲਿਆਈਏ ਵੱਡਾ ਟਰੈਕਟਰ ਆਪਣਾ ਆ ਜਾ ਬਈ ਇਹ ਵੀ ਮਿੱਤਰੋ ਨਾ ਚੱਕਰ ਬਾਲੇ ਹੋ ਜਾਂਦੇ ਸਲਿੱਪ ਮਾਰ ਕੱਢ ਜਾਂਦਾ ਤੇ ਖੁੱਬ ਜਾਂਦਾ ਭਾਈ ਬਾਈ ਬੁਰਾ ਹਾਲੀ ਆ ਬਈ ਯਾਰ ਬੁਰਾ ਹਾਲੀ ਆ ਬਾਈ ਇਹ ਆ ਦੇਖੋ ਨਾ ਇਹਦੇ ਮਤਲਬ ਚੁੱਲਾ ਮਤਲਬ ਫੁੱਲ ਮਜ਼ਬੂਤ ਹੈ ਕਮਜ਼ੋਰ ਨਹੀਂ ਹੈਗਾਗਾ ਇਹ ਖਿੱਚ ਲੈਣਾ ਇਹਨੇ ਇਹ ਆ ਜਾਓ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹ ਬੜੀ ਗੱਲ ਬੜੀ ਗੱਲ ਮਿੱਤਰੋ ਬੜੀ ਗੱਲ ਬਣ ਗਈ ਗੱਲ ਬਣ ਗਈ ਗੱਲ ਹੁਣ ਬਣੀ ਨਾ ਗੱਲ ਅਿੱਧੇ ਰੱਖੋ ਇਹਨਾਂ ਟਰੈਕਟਰਾਂ ਦੇ ਵੇਟ ਬੂਟ ਪਾਏ ਹੋਏ ਆ ਤੇ ਆ ਵੱਟ ਤਾਂ ਤਿੱਖੀ ਬਾੜੀ ਆ ਤਾਂ ਉਹ ਪੱਕਾ ਮਿੱਟੀ ਉਹ ਥੱਲੇ ਲੱਗ ਜਾਂਦੀ ਆ ਤਾਂ ਕਰਕੇ ਲਓ ਬਈ ਨਿਕਲ ਗਈ ਯਾਰ ਫਾਈਨਲ ਟਰਾਲੀ ਨਿਕਲੀ ਯਾਰ ਨਿਕਲੀ ਭਾਈ ਨਿਕਲੀ ਨਿਕਲੀ ਆ ਛੋਟਾ ਵੀ ਅੱਜ ਅੱਗਾ ਚੱਕਦਾ ਮਿੱਤਰੋ ਨਾਲੇ ਇਹਦੇ ਵੇਟ ਬੂਟ ਫੁੱਲ ਆ ਦੇਖੋ ਮੂਰ ਦੇ ਟਾਇਰ ਦੇ ਥੱਲੇ ਉਵੇਂ ਲਾਉਂਦਾ ਨਹੀਂ ਜਵੇਂ ਲਾਉਣੇ ਚਾਹੀਦੇ ਇਹਨੂੰ ਇਹ ਆਓ ਬਈ ਬੜੇ ਦੁਨਾਵਾ ਚਲਾਇਆ ਨਾ ਬੜਾ ਖੜਕਾੜ ਪਾਉਂਦਾ ਇਹ ਲਓ ਵੀ ਮਿੱਤਰੋ ਮੈਂ ਥੱਕ ਗਿਆ ਭਾਈ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਤੇ ਜੌਂਡੀਆਂ ਨੂੰ ਥੋੜਾ ਮੋਡੀਫਾਈ ਕਰਕੇ ਫੇਰ ਤੁਹਾਨੂੰ ਜ਼ੋਰ ਜੁਰ ਦਿਖਾਵਾਂਗੇ ਅੱਜ ਤਾਂ ਇੰਨਾ ਹੀ ਜ਼ੋਰ ਸੀ ਭਾਈ ਠੀਕ ਹੈ ਜੀ ਬਾਏ ਬਾਏ ਮਿੱਤਰੋ ਗੁੱਡ ਨਾਈਟ ਗੁੱਡ ਨਾਈਟ ਨਹੀਂ ਗੁੱਡ ਮੌਰਨਿੰਗ ਠੀਕ ਹੈ ਤੜਕੀ ਵੇਖ ਰਹੇ ਹੋ ਤੁਸੀਂ ਸਾਰੇ ਵੀਡੀਓ ਮੇਰੇ ਨਾਲ ਬਾਏ ਬਾਏ ਯਾਰ ਮੁੰਡੇ ਚਰਨੀਂ ਤੇ ਕੌਂਦੇ ਮਾਰਨਾ ਮਨਜ਼ੂਰ ਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਖੇਲੀ ਮੁੰਡਾ ਪੱਟਿਆ ਰਕਾਨੇ ਤੇਰੀ ਨੋਜ਼ ਪੈਨਦਾ ਤੇਰਾ ਝੂਟੇ ਖਾਦਾ ਲੱਕ ਮੇਰਾ ਸੀਨਾ ਬੈਨਦਾ ਹੁਣ ਤੇਦੇ ਤੂੰ ਜਵਾਬ ਬਹੁਤਾ ਨਹੀਂ ਮੈਂ ਬੋਲਦਾ ਜਿਵੇਂ ਪਿੰਡੂ ਜਿਆ ਮੁੰਡਾ ਕੋਲੇ ਮੋਕੇ ਕੋਲਦਾ